ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਸਭ ਜਾਣਦੇ ਹੋ 1 ਜੂਨ ਤੋਂ ਬਰਗਾੜੀ ਇਨਸਾਫ਼ ਮੋਰਚੇ ਦੀ ਸ਼ੁਰੂਆਤ ਹੋਈ ਸੀ, ਜੋ ਮੋਰਚਾ ਅਜੇ ਤੱਕ ਲੱਗਾ ਹੋਇਆ ਹੈ। ਬਰਗਾੜੀ ਇਨਸਾਫ਼ ਮੋਰਚਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ, ਬਹਿਬਲ ਕਲਾਂ ਵਿਖੇ ਸ਼ਾਂਤੀ ਪ੍ਰਦਰਸ਼ਨ, ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਹੇ ਸਿੰਘਾਂ ਉੱਤੇ ਚਲਾਏ ਗਏ ਗੋਲੀਆਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਲੱਗਿਆ ਹੈ, ਤਾਂ ਕਿ ਇਹਨਾਂ ਦੇ ਜੋ ਮੁਲਜ਼ਮ ਹੈ ਨੇ ਉਹ ਬੇਨਕਾਬ ਕੀਤੇ ਜਾਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ। ਪਰ ਬਰਸਾਤਾਂ ਦੇ ਮੌਸਮ ਦੇ ਚੱਲਦਿਆਂ ਇਸ ਮੋਰਚੇ ਦੇ ਵਿੱਚ ਕਈ ਵਾਰ ਰੁਕਾਵਟ ਆਈ, ਪਰ ਸਿੰਘਾਂ ਨੇ ਆਪਣਾ ਸਿਦਕ ਨਹੀਂ ਹਾਰਿਆ। ਹੁਣ ਧਿਆਨ ਸਿੰਘ ਮਨ ਨਜ਼ਰ ਆਏ ਬਰਗਾੜੀ ਇਨਸਾਫ਼ ਮੋਰਚੇ ਤੇ ਬਰਸਾਤ ਤੋਂ ਬਚਣ ਲਈ ਕੰਮ ਕਰਦੇ ਹੋਏ। ਉਹਨਾਂ ਨੇ ਸ਼ੈੱਡ ਤਿਆਰ ਕੀਤਾ, ਜਿਸ ਕਰਕੇ ਬਰਸਾਤ ਦੇ ਨਾਲ ਮੋਰਚੇ ਤੇ ਪਹੁੰਚੀ ਸੰਗਤ ਅਤੇ ਸਟੇਜ ਤੋਂ ਬੋਲਦੇ ਬੁਲਾਰੇ ਤੰਗ ਨਾ ਹੋਣ। ਮੰਜਾ ਆਣ ਦਿਓ, ਪੂਰਾ ਮੰਜਾ ਉਹ ਗਿਆ ਕੱਪੜੇ ਬਦਲਣ। ਆਹ ਢਿੱਲੀਆਂ ਜਾਂ ਰੱਸੀਆਂ ਪਹਿਲਾਂ ਆਹ ਬਣਾਓ, ਇਹਨੇ ਹਿੱਲਣਾ, ਇਹਨੂੰ ਬੰਨਾ ਬੁਰਜੀ ਦੇ ਨਾਲ, ਬੁਰਜੀ ਨਾਲ ਪੱਕਾ ਕਰੋ ਜਿਵੇਂ ਉਹ ਬੰਨੇ ਨੇ ਨਾ।
ਇਹ ਨਾ ਇਹਨੂੰ ਨਾਗਵਾਲ ਮਾਰ ਕੇ ਨਾ ਪਾਇਪ ਨੂੰ ਫਿਰ ਵੱਜਣਾ ਜੇ ਖਿੱਚ ਬਣਾ ਕੇ ਲੈ ਆਉਣੇ ਹੋਰ ਲੈ ਆਉਣੇ ਜੋਧਪੁਰੀ ਸਾਹਿਬ ਤੁਸੀਂ ਘਰੇ ਵੜੇ ਰਹੋ ਤੁਸੀਂ ਨਾ ਆ ਜਾਓ ਕਿਤੇ ਜੇ ਐਂ ਕਰਕੇ ਜਿਵੇਂ ਮੰਜਾ ਨਹੀਂ ਹੋਣੀ ਦਾ ਐਂ ਖਿੱਚ ਕੇ ਇੱਕ ਥੱਲੋਂ ਕੱਢ ਕੇ ਫਿਰ ਐਂ ਕੱਢ ਕੇ ਫਿਰ ਐਂ ਕੱਢ ਕੇ ਫਿਰ ਐਂ ਕੱਢ ਛੇ ਛੇ ਇੰਚ ਤੇ ਕਰਦੇ ਹੋਰ ਨੇੜੇ ਕਰ ਦੂਰ ਆ ਹਾਂ ਇਹ ਦੂਰ ਹੋ ਗਿਆ ਹਾਂ ਇੱਥੇ ਕੇ ਇੰਨਾ ਇੰਨਾ ਤੇ ਕਰਦੇ ਮੇਰਾ ਦਿਮਾਗ ਇਹਨਾਂ ਖਰਾਬ ਹੋ ਗਿਆ ਸਹੀ ਗੱਲ ਆ ਚੱਲ ਹੁਣ ਢਿੱਲਾ ਹੈਗਾ ਖਿੱਚੋ ਹੁਣ ਜ਼ੋਰ ਨਾਲ ਖਿੱਚੋ
ਆਹੋ ਕਰ ਲੱਗ ਗਏ ਪਿੱਛੇ ਨੂੰ ਉਧਰ ਚੱਲ ਨਵਾਂ ਪਾ ਦਿਓ ਇੱਕ ਟੋਟਾ ਇਹਨੂੰ ਬੱਜਾ ਰਹਿਣ ਦਿਓ ਆਹੋ ਉਧਰ ਪਾ ਦਿਓ ਟੋਟਾ ਨਵਾਂ ਪਾ ਦਿਓ ਆਹੋ ਤੇ ਇੱਕ ਇਹਦੇ ਵਿੱਚ ਪਾ ਦਿਓ ਆ ਇਧਰੋਂ ਕੱਢਣਾ ਪੈਣਾ ਤੁਹਾਨੂੰ ਵਲ ਪੈ ਗਿਆ ਅੱਛਾ ਚਲੋ ਠੀਕ ਆ ਉਧਰ ਉਹ ਖਿੱਚੇ ਉਧਰ ਤੁਸੀਂ ਇੱਕ ਇਹ ਇਧਰਲਾ ਬੰਦਾ ਖਿੱਚੇ ਉਧਰ ਉਧਰਲਾ ਮਿਲਾ ਕੇ ਗੱਲ ਦੋ ਜਣੇ ਇੱਧਰ ਲੱਗੋ ਦੋ ਗੁਰਪਿਆਰੇ ਜਿੱਥੇ ਵੀ ਸਾਡੇ ਗੁਰੂ ਵਾਸਤੇ ਮੋਰਚਾ ਲੱਗਿਆ ਹੋਵੇ ਸਾਨੂੰ ਸਾਰਿਆਂ ਨੂੰ ਵੱਧ ਚੜ੍ਹ ਕੇ ਉਹਦਾ ਸਾਥ ਦੇਣਾ ਚਾਹੀਦਾ ਹੈ ਉਹਨਾਂ ਦੀ ਆਵਾਜ਼ ਨਾਲ ਆਵਾਜ਼ ਮਿਲਾਉਣੀ ਚਾਹੀਦੀ ਹੈ ਬਹੁਤ ਸਾਰੇ ਅਜਿਹੇ ਹੈ ਨੇ ਜੋ ਇਸ ਮੋਰਚੇ ਉੱਤੇ ਵੀ ਕਿੰਤੂ ਕਰ ਰਹੇ ਨੇ ਪਰ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਮੋਰਚਿਆਂ ਉੱਤੇ ਤਾਂ ਕਿੰਤੂ ਕਰ ਰਹੇ ਹੋ ਪਰ ਤੁਸੀਂ ਕੌਮ ਵਾਸਤੇ ਕੀ ਕਰ ਰਹੇ ਹੋ ਇੱਕ ਵਾਰ ਉਹ ਜ਼ਰੂਰ ਦੱਸ ਦੇਣ ਜੇ ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟ 'ਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।